ਤੁਹਾਡੀ ਨਜ਼ਮ ਅਸੀਂ ਸੁਣੀ ਹੈ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਕੁਝ ਆਪਣੀ ਕਿਤਾਬ ਵਿੱਚੋਂ ਆਪਣਾ ਕਲਾਮ ਸੁਣਾਓ। ਜੀ ਕਾਫੀ ਮਾਏ ਨੀ ਮੇਰਾ ਦਾਜ ਵਟਾ ਦੇ, ਵਾਹ। ਮਾਏ ਨੀ ਮੇਰਾ ਦਾਜ ਵਟਾ ਦੇ, ਸੂਲਾਂ ਵਾਲਾ ਜੁੱਸਾ ਲੈ ਕੇ ਵਾਹ, ਸੁੱਖਾਂ ਵਾਲੀ ਚਾਦਰ ਪਾ ਦੇ, ਵਾਹ। ਮਾਏ ਨੀ ਮੇਰਾ ਦਾਜ ਵਟਾ ਦੇ। ਵਾਹ, ਕੰਢਿਆ ਭਰਿਆ ਤੱਕਿਆ ਮੇਰਾ ਨੀਂਦਰ ਕਿਵੇਂ ਆਵੇ, ਵਾਹ। ਕੰਢਿਆ ਭਰਿਆ ਤੱਕਿਆ ਮੇਰਾ ਨੀਂਦਰ ਕਿਵੇਂ ਆਵੇ, ਅਥਰੂ ਗਹਿਣੇ ਵਾਪਸ ਲੈ ਜਾ, ਸੁਪਨੇ ਹੁਣ ਪਰਤਾ ਦੇ, ਵਾਹ। ਮਾਏ ਨੀ ਮੇਰਾ ਮੇਰਾ ਦਾਜ ਦਾਜ ਵਟਾ ਵਟਾ ਦੇ। ਦੇ। ਚੰਨ ਬਿਨਾ ਹੁੰਦਾ ਤਾਂ ਅਮਨ, ਸੂਰਜ ਬਿਨਾ ਸਵੇਰੇ, ਵਾਹ। ਚੰਨ ਬਿਨਾ ਹੁੰਦਾ ਤਾਂ ਅਮਨ, ਸੂਰਜ ਬਿਨਾ ਸਵੇਰੇ, ਤਾਰਾ ਵੀ ਕੋਈ ਨਜ਼ਰ ਨਾ ਆਵੇ, ਚਾਨਣ ਫੇਰ ਮੰਗਾ ਦੇ, ਵਾਹ। ਮਾਏ ਨੀ ਮੇਰਾ ਮੇਰਾ ਦਾਜ ਦਾਜ ਵਟਾ ਵਟਾ ਦੇ। ਦੇ। ਵਾਹ। ਆਸਾਂ ਵਾਲੇ ਲੀੜੇ ਵੀ ਨੇ, ਸਦਰਾਂ ਵਾਲੀਆਂ ਮੰਗਾ, ਵਾਹ। ਆਸਾਂ ਵਾਲੇ ਲੀੜੇ ਵੀ ਨੇ, ਸਦਰਾਂ ਸਦਰਾਂ ਵਾਲੀਆਂ ਵਾਲੀਆਂ ਮੰਗਾਂ, ਵੰਗਾਂ, ਮਹਿੰਦੀ ਦਾ ਕਿਉਂ ਰੰਗ ਨਹੀਂ ਚੜਦਾ, ਇਹ ਮੈਨੂੰ ਸਮਝਾ ਦੇ, ਵਾਹ। ਮਾਏ ਨੀ ਮੇਰਾ ਮੇਰਾ ਦਾਜ ਵਟਾ ਦੇ। ਵਾਹ। ਲੁਕਣ ਮਿਟੀ ਖੇਡ ਰਹੀਆਂ ਪੱਬਾਂ ਪਾਰ ਖਲੋ ਵਾਹ ਕੇ, ਵਾਹ ਵਾਹ। ਲੁਕਣ ਮਿਟੀ ਖੇਡ ਰਹੀਆਂ ਪੱਬਾਂ ਪੱਬਾਂ ਪਾਰ ਪਾਰ ਖਲੋ ਖਲੋ ਕੇ, ਕੇ, ਮੇਰੇ ਪਟੋਲੇ ਮੇਰੀਆਂ ਗੁੱਡੀਆਂ, ਵਾਹ। ਮੈਨੂੰ ਹੁਣ ਪਰਤਾ ਦੇ, ਵਾਹ। ਮਾਏ ਨੀ ਮੇਰਾ ਦਾਜ ਵਟਾ ਵਾਹ ਦੇ। ਵਾਹ ਵਾਹ, ਬਹੁਤ ਅੱਛਾ। ਪੂਰੀ ਜ਼ਿੰਦਗੀ, ਪੂਰੀ ਹਯਾਤੀ ਦਾ ਦੁੱਖ ਸੁੱਖ ਜਿਹੜਾ ਤੁਸੀਂ ਇੱਕ ਨਜ਼ਮ 'ਚ ਬਿਆਨ ਕਰ ਦਿੱਤਾ, ਔਰ ਮੈਂ ਸਮਝਦੀ ਹਾਂ ਸ਼ਾਇਰ ਦਾ ਇੱਕ ਕਮਾਲ ਹੁੰਦਾ ਹੈ ਕਿ ਉਹ ਆਪਣੀ ਪੂਰੀ ਹਯਾਤੀ ਨੂੰ ਇੱਕ ਨਜ਼ਮ 'ਚ, ਇੱਕ ਬੰਦ ਵਿੱਚ ਬੰਦ ਕਰ ਦਿੰਦਾ ਹੈ। ਔਰ ਅਸੀਂ ਅਕਸਰ ਆਪਣੀ ਸ਼ਾਇਰੀ ਦੇਖਦੇ ਹਾਂ, ਸੂਫੀ ਸ਼ਾਇਰਾਂ ਦੀ ਸ਼ਾਇਰੀ ਪੜ੍ਹ ਲਓ, ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਕਿ ਸ਼ਾਇਰ ਵੀ ਜਦੋਂ ਬੜਾ ਦੁਖੀ ਹੁੰਦਾ ਹੈ ਤਾਂ ਆਪਣੀ ਮਾਂ ਨੂੰ ਕਹਿ ਕੇ, ਉਹਨੂੰ ਮੁਖਾਤਬ ਕਰਕੇ ਤਾਂ ਕੋਈ ਕਹਿੰਦਾ ਹੈ, ਜਾਂ ਆਪਣੇ ਰੱਬ ਨੂੰ ਕਹਿੰਦਾ ਹੈ। ਅਤੇ ਇਹ ਇੱਕ ਬੜਾ ਹੀ ਸੋਹਣਾ ਰੰਗ ਹੈ ਜਿਹੜਾ ਪੰਜਾਬੀ ਸ਼ਾਇਰੀ ਸਾਨੂੰ ਨਜ਼ਰ ਆਉਂਦਾ ਹੈ। ਮਾਂ ਵੀ ਤੇ ਰੱਬ ਦਾ ਦੂਜਾ ਰੂਪ ਹੈ, ਬਿਲਕੁਲ ਸਹੀ ਹੈ, ਕਿਉਂਕਿ ਮਾਂ ਵੀ ਤਖਲੀਕ ਕਰਦੀ ਹੈ ਸਹੀ ਇਨਸਾਨ ਗੱਲ ਨੂੰ, ਸਹੀ, ਔਰ ਉਹਦੇ ਬਾਅਦ ਉਹਨੂੰ ਪਾਲਦੀ ਹੈ, ਔਰ ਰੱਬ ਵਾਂਗੂ ਮੁਹੱਬਤ ਕਰਦੀ ਹੈ, ਰੱਬ ਵਾਂਗੂ ਸਹੀ। ਮੁਹੱਬਤ ਕਰਦੀ ਹੈ। ਔਰ ਸਾਡੇ ਕੋਲ ਤੁਹਾਡਾ ਬੜਾ ਸੋਹਣਾ ਗੀਤ ਹੈ, ਔਰ ਇਹਨੂੰ ਗਾਰੀਆਂ ਨੇ ਨੂਰਾਂ ਲਾਲ, ਮੁਸੀਕੀ ਬਣਾਈ ਹੈ ਮੋਇਨ ਬਾਦ ਬੋਬੀ ਹੋਰਾਂ। ਇਹਦੇ ਵਿੱਚ ਰਾਤ ਦਾ ਜ਼ਿਕਰ ਹੈ, ਰਾਤ ਆਵੇ ਤੇ ਸਭ ਜਗ ਸੋਵੇ, ਵਾਹ, ਮੈਂ ਜਾਗਾਂ ਤੇ ਤਾਰੇ ਜਾਗਣ, ਵਾਹ ਵਾਹ। ਕਿਉਂਕਿ ਜਿਹੜਾ ਸ਼ਾਇਰ ਹੈ ਉਹਨੂੰ ਜਦੋਂ ਤਨਹਾਈ ਮੁਯੱਸਰ ਆਉਂਦੀ ਹੈ ਤਾਂ ਸਾਰੀ ਦੁਨੀਆ ਦੇ ਦੁੱਖ ਆਪਣੇ ਦੁੱਖ ਲੱਗਣ ਲੱਗ ਪੈਂਦੇ ਨੇ। ਜ਼ਰੂਰੀ ਨਹੀਂ ਕਿ ਉਹਦੀ ਹਯਾਤੀ ਬੜੀ ਦੁਖੀ ਹੈ, ਕਿ ਉਹਨੂੰ ਸਾਰੀ ਦੁਨੀਆ ਦੇ ਦੁੱਖ ਜਿਹੜੇ ਨੇ ਆਪਣੇ ਆਲੇ ਦੁਆਲੇ ਨਜ਼ਰ ਆਉਂਦੇ ਨੇ, ਤਾਂ ਉਹ ਚਾਹੁੰਦਾ ਕਿ ਪੂਰੀ ਦੁਨੀਆ ਸੁਖੀ ਹੋਵੇ ਅਤੇ ਤਾਂ ਉਹ ਸੁਖੀ ਹੋ ਸਕਦਾ। ਸੁਗਰਾ ਜੀ, ਇੱਕ ਆਮ ਲੋਕਾਂ ਦੀ ਜਿਹੜੀ ਗਲਤ ਫਹਿਮੀ ਉਹ ਹੈ ਕਿ ਉਹ ਸਮਝਦੇ ਨਹੀਂ ਕਿ ਸ਼ਾਇਰ ਜਿਹੜਾ ਜੋ ਕੁਛ ਬਿਆਨ ਕਰ ਰਿਹਾ ਉਹਦੇ ਜ਼ਾਤ ਦਾ ਦੁੱਖ ਹੈ, ਜੀ, ਹਾਲਾਂਕਿ ਜਿਹੜਾ ਸ਼ਾਇਰ ਹੈ ਉਹ ਇਸ ਮੁਆਸ਼ਰੇ ਦਾ ਇੱਕ ਹਸਾਸ ਤਰੀਨ ਫਰਦ ਹੁੰਦਾ ਹੈ, ਔਰ ਉਹਨੂੰ ਹਰ ਚੀਜ਼ ਦਾ ਦੁੱਖ ਉਹ ਮਹਿਸੂਸ ਕਰ ਰਿਹਾ ਹੈ। ਬਿਲਕੁਲ, ਹੁਣ ਤੇ ਦਰਖਤਾਂ ਦੇ ਦੁੱਖ ਵੀ ਆਪਣੇ ਦੁੱਖ ਲੱਗਦੇ ਨੇ, ਹੁਣ ਤੇ ਪੱਤਿਆਂ ਦੇ ਦੁੱਖ ਵੀ ਆਪਣੇ ਦੁੱਖ ਲੱਗਦੇ ਨੇ, ਇਨਸਾਨਾਂ ਦੇ, ਪਰਿੰਦਿਆਂ ਦੇ, ਉਹਨਾਂ ਸਾਰਿਆਂ ਦੇ ਕਾਰ ਚ ਕੋਈ ਖਬਰ ਪੜ ਲਓ ਤੇ ਨੀਂਦਰ ਨਹੀਂ ਆਉਂਦੀ। ਬਿਲਕੁਲ, ਨਾਲ ਲੈ ਕੇ ਸੋ, ਔਰ ਇਹ ਗੀਤ ਸੁਣਨੇ ਅਸੀਂ। ਜਗ ਸੋ